ਚਿੰਚਾਵਾਂ ਪਰਦੇਸ ਤੇ ਮੈਂ ਹਮਦੀਪ ਆਸ਼ਤੋਨੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਚਰਚਾ ਖਾਸ ਹੈ ਔਰ ਚਰਚਾ ਚ ਇੱਕ ਵਾਰੀ ਫਿਰ ਤੋਂ ਮੇਰੇ ਨਾਲ ਜੁੜੇ ਨੇ ਨੈਵੀਗੇਟਰ ਤੋਂ ਮੈਡਮ ਵੀਨਾ ਜੀ ਮੈਡਮ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸੋ ਸਾਡੇ ਜਿਹੜੇ ਦਰਸ਼ਕ ਨੇ ਜੀ ਹਰ ਰੋਜ਼ ਦੀ ਤਰ੍ਹਾਂ ਤੁਸੀਂ ਅੱਜ ਵੀ ਸਾਨੂੰ ਕਾਲ ਕਰ ਸਕਦੇ ਹੋ ਤੁਹਾਡੇ ਸਵਾਲਾਂ ਦੇ ਅਸੀਂ ਲਾਈਵ ਤੁਹਾਨੂੰ ਜਵਾਬ ਦੇਵਾਂਗੇ ਇੱਕੋ ਹੀ ਗੁਜ਼ਾਰਿਸ਼ ਹੈ ਇੱਕ ਬੇਨਤੀ ਜਿਹੜੀ ਹਰ ਰੋਜ਼ ਰਹਿੰਦੀ ਹੈ ਕਿ ਟੀਵੀ ਦੀ ਆਵਾਜ਼ ਘਟਾ ਕੇ ਤੇ ਨੈਟਵਰਕ ਚਾ ਕੇ ਤੁਸੀਂ ਸਾਡੇ ਨਾਲ ਜੁੜਨਾ ਤੁਸੀਂ ਇੱਕ ਕਾਪੀ ਪੈਨ ਲੈ ਲਓ ਆਪਣੀ ਪੂਰੀ ਪ੍ਰੋਫਾਈਲ ਲਿਖ ਲਓ ਤੁਸੀਂ ਕਿੰਨਾ ਪੜ੍ਹੇ ਹੋ ਕਿੱਥੇ ਜਾਣਾ ਚਾਹੁੰਦੇ ਹੋ ਔਰ ਕੀ ਸਵਾਲ ਨੇ ਮੰਦੀਪ ਇਹ ਬੜਾ ਇੰਪੋਰਟੈਂਟ ਹੈ ਕਿ ਜਦ ਬੱਚਾ ਪੁੱਛਦਾ ਨਾ ਤੇ ਅਕਸਰ ਇਹ ਫੋਨ ਆਉਂਦਾ ਇੱਥੇ ਵੀ ਜਾਂ ਮੇਰੇ ਕੋਲ ਵੀ ਮੈਡਮ ਆਈਲੈਟਸ ਦੇ ਇੰਨੇ ਬੈਂਡ ਹੈ ਕਦੀ ਵੀ ਆਇਲਸ ਦੇ ਉੱਪਰ ਵੀਜ਼ਾ ਟੋਟਲ ਆਇਲਸ ਦੇ ਉੱਪਰ ਨਹੀਂ ਲੱਗਦਾ ਨੋ ਡਾਊਟ ਆਇਲਸ ਜਿਹੜਾ ਇੱਕ ਇੰਪੋਰਟੈਂਟ ਮੁੱਦਾ ਹੈ ਬਟ ਉਹਦੇ ਨਾਲ ਜਦ ਤੁਸੀਂ ਕੁਐਸਚਨ ਪੁੱਛਣਾ ਤੁਹਾਡੀ ਪਰਸੈਂਟੇਜ ਕਿੰਨੀ ਹੈ ਬੋਰਡ ਕਿਹੜਾ ਜਾਂ ਯੂਨੀਵਰਸਿਟੀ ਕਿਹੜੀ ਹੈ ਕਿਹੜੇ ਸਬਜੈਕਟਸ ਹੈ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਆਇਲਸ ਦੇ ਕਿੰਨੇ ਬੈਂਡ ਹੈ ਇਹ ਚਾਰ ਪੰਜ ਚੀਜ਼ਾਂ ਸਾਡੇ ਵਾਸਤੇ ਬਹੁਤ ਜ਼ਰੂਰੀ ਹੁੰਦੀਆਂ ਉਹਦੇ ਬਿਨਾਂ ਅਸੀਂ ਇਨਫੋਰਮੇਸ਼ਨ ਦੇ ਤੁਹਾਨੂੰ ਜਿਆਦਾ ਡਿਟੇਲ ਚ ਦੱਸ ਨਹੀਂ ਸਕਦੇ ਬਿਲਕੁਲ ਸੋ ਆਇਲਸ ਇੱਕ ਸਿਰਫ ਇੱਕ ਪੈਰਾਮੀਟਰ ਹੈ ਜਿਹਦੇ ਮਿਆਰ ਤੇ ਤੁਹਾਡਾ ਇੰਗਲਿਸ਼ ਦਾ ਮਾਪਦੰਡ ਕਹਿ ਸਕਦੇ ਵੀ ਕਲੀਅਰ ਹੁੰਦਾ ਬਾਕੀ ਚੀਜ਼ਾਂ ਵੀ ਬਹੁਤ ਜ਼ਰੂਰੀ ਨੇ ਕਿਹੜੇ ਮੁਲਕ ਜਾਣਾ ਉਹ ਵੀ ਚੀਜ਼ ਕਿਤੇ ਨਾ ਕਿਤੇ ਚੀਜ਼ਾਂ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਮੈਡਮ ਕੁਝ ਇੱਕ ਸਵਾਲ ਨੇ ਮੇਰੇ ਜਿਹੜੇ ਕਿ ਇਸ ਟਾਈਮ ਦੇ ਉੱਤੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਟੂਡੈਂਟ ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ ਪੁੱਛਦੇ ਪਏ ਨੇ 5:30 ਇੱਕ ਮੋਡਿਊਲ ਹਲੇ ਤੱਕ ਕੁਆਰੀ ਕੈਨੇਡਾ ਦੀ ਖਤਮ ਨਹੀਂ ਹੁੰਦੀ ਨਜ਼ਰ ਆ ਰਹੀ ਹੈ ਉਹਨਾਂ ਨੂੰ ਕੁਝ ਗਾਈਡ ਕਰੋ ਕਿ ਟਾਈਮ ਏਦਾਂ ਹੀ ਆਪਣਾ ਕੈਨੇਡਾ ਦੀ ਦੌੜ ਦੇ ਵਿੱਚ ਲੱਗਣਾ ਠੀਕ ਹੈ ਉਹਨਾਂ ਦੇ ਲਈ ਦੇਖੋ ਕੈਨੇਡਾ ਟਾਈਮ ਲੈ ਰਿਹਾ ਵੀਜ਼ੇ ਦੇ ਵਿੱਚ ਨੋ ਡਾਊਟ ਵੀਜ਼ਾ ਇਸ ਟਾਈਮ ਆ ਰਿਹਾ ਪਿੱਛੇ ਜਿੱਦਾਂ ਇੱਕ ਬਹੁਤ ਨੈਗੇਟਿਵ ਜਿਹਾ ਮਾਹੌਲ ਬਣਿਆ ਸੀਗਾ ਜਿਹੜਾ ਸਾਡਾ ਤਜਰਬਾ ਹੈ ਉਹ ਇੰਨਾ ਨੈਗੇਟਿਵ ਵੀ ਨਹੀਂ ਠੀਕ ਚੱਲ ਰਿਹਾ ਬਟ ਅੱਛਾ ਪ੍ਰੋਫਾਈਲ ਚੱਕ ਰਹੇ ਆ ਇੱਕ ਚ 5:30 ਬੈਂਡ ਵਾਲਾ ਜਿੱਦਾਂ ਤੁਸੀਂ ਕਹਿ ਰਹੇ ਹੋ ਇਸ ਦੌੜ ਚ ਲੱਗਣਾ ਤੁਸੀਂ 3 ਮਹੀਨੇ ਵੇਟ ਕਰੋ 4 ਮਹੀਨੇ ਵੇਟ ਕਰੋ ਫਿਰ ਉਹਦੇ ਬਾਅਦ ਤੁਹਾਨੂੰ ਜੇ ਰਿਜ਼ਲਟ ਪੋਜ਼ਿਟਿਵ ਨਾ ਆਏ ਉਹ ਤੁਹਾਨੂੰ ਬਹੁਤ ਜ਼ਿਆਦਾ ਡਿਸਅਪੋਇੰਟਮੈਂਟ ਦੇਗਾ ਤੇ ਬੈਟਰ ਹੈ ਤੁਸੀਂ ਜਾਂ ਤੇ ਆਇਲਸ ਇੰਪਰੂਵ ਕਰੋ ਜਾਂ ਕੰਟਰੀ ਚੇਂਜ ਕਰ ਲਓ ਤੁਹਾਡੇ ਵਾਸਤੇ ਉਹ ਬੈਟਰ ਹੈ ਕੰਟਰੀ ਆਪਸ਼ਨ ਚੇਂਜ ਕਰਨਾ ਕਿਉਂਕਿ ਤੁਸੀਂ 1 ਸਾਲ ਦੇਖੋ ਰਿਜੈਕਸ਼ਨ ਚ 4-6 ਮਹੀਨੇ ਲਗਾਤੇ ਫਿਰ ਰਿਫੰਡ ਚ 3 ਮਹੀਨੇ ਲਗਾਤੇ ਤੁਹਾਡਾ ਸਾਲ ਪੂਰਾ ਖਰਾਬ ਹੋ ਗਿਆ ਉਸ 1 ਸਾਲ ਚ ਤੇ ਤੁਸੀਂ ਉਹੋ ਜਿਹੀ ਕੰਟਰੀ ਲੈ ਲਓ ਜਿੱਥੇ 1 ਸਾਲ ਕੋਰਸ ਕਰਕੇ ਸੈਕਿੰਡ ਤੁਸੀਂ ਟ੍ਰਾਂਸਫਰ ਲੈ ਸਕੋ ਜਾਂ ਤੁਸੀਂ ਆਪਣਾ ਪ੍ਰੋਫਾਈਲ ਅਪਗ੍ਰੇਡ ਕਰ ਸਕੋ ਜਿੰਨਾ ਤੁਹਾਡਾ ਬਜਟ ਅਲਾਓ ਕਰਦਾ ਸਾਡੇ ਕੋਲ ਜੇ ਦੇਖੋ ਅੱਜ 26 ਸਾਲ ਤੋਂ ਕੰਮ ਕਰ ਰਹੇ ਹਾਂ ਸਾਰੇ ਕਿਸਮ ਦੀ ਕੰਟਰੀਜ਼ ਹੈ ਛੋਟੇ ਬਜਟ ਤੋਂ ਲੈ ਕੇ ਬੜੇ ਬਜਟ ਬਿਲਕੁਲ ਜੀ ਸਮਾਂ ਤੇ ਪੈਸਾ ਤੁਸੀਂ ਆਪਣਾ ਬਚਾ ਸਕਦੇ ਹੋ ਕਾਲ ਕਰਨੀ ਹੈ ਸਿਰਫ ਥੋੜੀ ਦੂਰੀ ਸਾਡੇ ਤੱਕ ਜੁੜਨ ਦੀ ਇੱਕ ਕਾਲ ਹੀ ਹੈ ਦਰਸ਼ਕ ਦਾ ਸਵਾਲ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਵਾਜ਼ ਪਹੁੰਚ ਰਹੀ ਹੈ ਥੈਂਕ ਯੂ ਜੀ ਸਾਡੇ ਨਾਲ ਜੁੜਨ ਦੇ ਲਈ ਬੇਨਤੀ ਪ੍ਰਵਾਨ ਕਰਿਆ ਕਰੋ ਤੁਸੀਂ ਸਾਡਾ ਸਾਰਾ ਦਾ ਸਾਰਾ ਜਿਹੜਾ ਪ੍ਰੋਗਰਾਮ ਹੈ ਫੇਸਬੁੱਕ ਹਾਂਜੀ ਹਾਂਜੀ ਆ ਗਈ ਹੈ ਜੀ ਆਵਾਜ਼ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਜੀ ਸਤਿ ਸ਼੍ਰੀ ਅਕਾਲ ਆਵਾਜ਼ ਆ ਰਹੀ ਹੈ ਹਾਂਜੀ ਕੀ ਨਾਮ ਹੈ ਜੀ ਕੀ ਸਵਾਲ ਹੈ ਤੁਹਾਡਾ ਨਵੀਨ ਕੁਮਾਰ ਜੀ ਨਵੀਨ ਜੀ ਕੀ ਜਾਣਕਾਰੀ ਚਾਹੁੰਦੇ ਹੋ ਕਿੱਥੋਂ ਬੋਲ ਰਹੇ ਹੋ ਲੋਹੀਆਂ ਤੋਂ ਬੋਲਦੇ ਹਾਂ ਲੋਹੀਆਂ ਓਕੇ ਕੀ ਸਵਾਲ ਹੈ ਜੀ ਪ੍ਰੋਫਾਈਲ ਦੱਸੋ ਨਵੀਨ ਜੀ ਆਪਣੀ ਪ੍ਰੋਫਾਈਲ ਕਿੰਨਾ ਪੜੇ ਹੈਗੇ ਹੋ ਆਈਲੈਟਸ ਦਾ ਬੈਂਡ ਸਕੋਰ ਕੀ ਹੈ ਹਾਂਜੀ ਕਦੋਂ ਕੀਤੀ ਹੈ ਪਲੱਸ ਟੂ ਉਸ ਤੋਂ ਬਾਅਦ ਕੀ ਕਰ ਰਹੇ ਹੋ ਹਾਂਜੀ ਫ੍ਰੀ ਹੋ ਓਕੇ ਆਈਲੈਟਸ ਕੀਤੀ ਹੈ ਓਹੋ ਆਇਲਸ ਜਾਂ ਪੀਟੀ ਚੋ ਕੁਛ ਕਰਿਆ ਤੁਸੀਂ ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਯੂਕੇ ਨੰਬਰ ਕਿੰਨੇ ਨੇ ਇੰਗਲਿਸ਼ ਚ ਕਿੰਨੇ ਨੰਬਰ ਹੈ ਅੰਗਰੇਜ਼ੀ ਚ ਕਿੰਨੇ ਨੇ ਵੀਰੇ ਕੱਲੇ ਇੰਗਲਿਸ਼ ਓਕੇ ਥੈਂਕ ਯੂ ਨਾਲ ਜੁੜਨ ਲਈ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਤੁਸੀਂ ਦੇਖੋ ਇਹਨਾਂ ਨੇ ਜਿਹੜਾ ਕਿਹਾ ਵਿਦਆਊਟ ਆਇਲਸ ਉਹ ਪਲੱਸ ਟੂ ਵਾਲੇ ਸਟੂਡੈਂਟਸ ਵਾਸਤੇ ਬਹੁਤ ਮੁਸ਼ਕਲ ਹੈ ਈਵਨ ਹੁਣ ਤੇ ਗ੍ਰੈਜੂਏਸ਼ਨ ਵਾਲਿਆਂ ਵਾਸਤੇ ਮੁਸ਼ਕਲ ਹੋ ਰਿਹਾ ਕਿਉਂਕਿ ਯੂਨੀਵਰਸਿਟੀਆਂ ਹੌਲੀ ਹੌਲੀ ਬੰਦ ਕਰਦੀ ਜਾ ਰਹੀਆਂ ਹੁਣ ਇਹਨਾਂ ਨੇ ਜਿਹੜਾ ਆਇਲਸ ਸੋਰੀ ਇੰਗਲਿਸ਼ ਚ 70% ਜਾਂ 80% CBSE ਜਾਂ ICSE ਤੋਂ ਪੜੇ ਹੁੰਦੇ ਔਰ ਇਹ ਠੀਕ ਹੈ 2 ਸਾਲ ਦਾ ਗੈਪ ਚੱਲਦਾ ਫਿਰ ਇਹਨਾਂ ਦਾ ਵਿਦਆਊਟ ਆਇਲਸ ਹੋ ਸਕਦਾ ਸੀਗਾ ICSE ਜਾਂ CBSE ਦੋ ਬੋਰਡਸ ਦਾ ਹੀ ਪੰਜਾਬ ਬੋਰਡ ਦਾ ਬਿਲਕੁਲ ਨਹੀਂ ਲੈਣਗੇ ਵਿਦਆਊਟ ਆਇਲਸ ਇਹਨਾਂ ਨੂੰ ਥੋੜੀ ਜਿਹੀ ਮਿਹਨਤ ਕਰਨੀ ਪਏਗੀ
ਨਹੀਂ ਤੇ ਕੋਈ ਏਦਾਂ ਦੀ ਕੰਟਰੀ ਲੈ ਲੈਣ ਜਿਹੜੀ ਵਿਦਆਊਟ ਆਇਲਸ ਘੱਟ ਬਜਟ ਚ ਚਲੇ ਜਾਣ, ਉੱਥੋਂ ਨੈਕਸਟ ਈਅਰ ਗਰੰਟਿਡ ਹੈ ਇਹ ਯੂਕੇ ਇੱਕ ਸਾਲ ਉੱਥੇ ਪੜ ਕੇ ਫਿਰ ਜਾ ਸਕਦੇ। ਓਕੇ ਮੈਮ, ਸਿੰਗਾਪੁਰ ਬਾਰੇ ਜਾਣਕਾਰੀ ਚਾਹੂੰਗੀ, ਤੁਸੀਂ ਸਿੰਗਾਪੁਰ ਦਾ ਜ਼ਿਕਰ ਕਰ ਰਹੇ ਹੋ ਕਿ ਕੋਈ ਹੋਰ ਕੰਟਰੀ ਵੀ ਹੋ ਸਕਦੀ? ਹੋਰ ਬਹੁਤ ਸਾਰੀ ਕੰਟਰੀ, ਮੌਰੀਸ਼ਸ ਹੈ, ਮਲੇਸ਼ੀਆ ਹੈ ਜਿਨ੍ਹਾਂ ਦੇ ਆਪਸ ਚ ਟਾਈ ਅਪ ਹੈ, ਸਿੰਗਾਪੁਰ ਹੈ। ਸਿੰਗਾਪੁਰ ਕਿਉਂਕਿ ਬੱਚਾ ਹਰ ਬੱਚਾ ਜਾਣਦਾ ਹੈ ਔਰ ਇਹ ਕੰਟਰੀ ਇੰਨੀ ਛੋਟੀ ਨਹੀਂ ਹੈ, ਬਸ ਇਹ ਹੈ ਕਿ ਕ੍ਰਾਈਮ ਫ੍ਰੀ ਕੰਟਰੀ ਹੈ, ਰਾਈਟ, ਫੀਸ ਘੱਟ ਹੈ। ਔਰ ਇੱਕ ਬੱਚੇ ਨੂੰ ਇਹ ਵੀ ਜ਼ਰੂਰ ਕਹੂੰਗੀ ਕਿ 6+6 ਜਿਹੜਾ ਇਹ ਲੈ ਕੇ ਜਾਂਦੇ ਨਾ, ਡਿਪਲੋਮਾ 6 ਮੰਥ ਪੜ੍ਹ ਲਓ, 6 ਮੰਥ ਕੰਮ ਕਰ ਲਓ, ਇੰਟਰਨਸ਼ਿਪ, ਉਹ 10th ਬੇਸ ਤੇ ਹੁੰਦਾ। ਓਕੇ, ਠੀਕ ਹੈ, ਰਾਈਟ। ਉਹ ਜਿਹੜਾ ਜਦ ਤੁਸੀਂ +2 ਦੇ ਬਾਅਦ ਵਾਲਾ ਪ੍ਰੋਪਰ ਐਡਵਾਂਸ ਡਿਪਲੋਮਾ ਲਓਗੇ, ਫਿਰ ਤੁਹਾਡਾ ਰਿਜੈਕਸ਼ਨ ਚਾਂਸਿਸ ਨਹੀਂ ਹੁੰਦੇ ਸਿੰਗਾਪੁਰ ਚ ਵੀ। ਉਹਦੇ ਵਿੱਚ 9 ਮਹੀਨੇ ਪੜ੍ਹਨਾ ਪੈਂਦਾ, 6 ਮਹੀਨੇ ਦਾ ਕੰਮ ਕਰ ਸਕਦੇ ਹੋ। ਉਹਦੇ ਵਿੱਚ ਕੰਸਟਰਕਸ਼ਨ ਦਾ, ਹੋਸਪਿਟੈਲਿਟੀ ਦਾ, ਇਹ ਦੋ ਇੰਡਸਟਰੀ ਇੱਦਾਂ ਦੀ ਹੈ ਜਿਨ੍ਹਾਂ ਦੇ ਵਿੱਚ ਬੱਚੇ ਨੂੰ ਹਮੇਸ਼ਾ ਕੰਮ ਮਿਲਦਾ ਹੈ ਔਰ ਬਹੁਤ ਅੱਛੀ ਹੈ ਔਰ ਗਰੰਟਿਡ ਯੂਕੇ ਟ੍ਰਾਂਸਫਰ ਹੈ। ਓਕੇ, ਔਰ ਕਾਫੀ ਸਾਰੇ ਪ੍ਰੋਗਰਾਮ ਦੇ ਵਿੱਚ ਗਰੰਟਿਡ ਆਸਟ੍ਰੇਲੀਆ ਟ੍ਰਾਂਸਫਰ। ਓਕੇ, ਅੱਗੇ ਵੱਡੀ ਕੰਟਰੀ ਦੇ ਨਾਲ ਸਿੱਧੇ ਪਾਥਵੇ। ਤੁਸੀਂ 2-4-5 ਲੱਖ ਰੁਪਏ ਖਰਚ ਕਰਕੇ ਚਲੇ ਗਏ, ਉਹ ਕੋਈ ਮਾਇਨੇ ਨਹੀਂ ਰੱਖਦਾ, ਜਿੱਦਾਂ ਮੈਂ ਕਿਹਾ ਕਿ ਸਾਲ ਖਰਾਬ ਨਾ ਹੋਏ। ਜਦ ਤੁਸੀਂ ਇਹ ਦੇਖੋ ਕਿ ਮੇਰੇ ਖਿਆਲ 4-5 ਲੱਖ ਰੁਪਿਆ ਜ ਖਰਚ ਆਉਂਦਾ ਹੈ, ਜਾਂ ਡਿਪੈਂਡ ਕਰਦਾ ਕਾਲਜ ਦੀ ਫੀਸ ਕਿੰਨੀ ਹੈ, ਤੇ ਜਾਂ ਇੱਥੇ ਸਾਲ ਖਰਾਬ ਕਰ ਦੇਣਗੇ ਮਨੀ ਐਕਸਚੇਂਜ ਅੰਬੈਸੀ ਫੀਸਾਂ ਲਗਾਉਣ ਚ, ਤੇ ਇਹਨਾਂ ਦਾ ਇੰਨਾ ਹੀ ਪੈਸਾ ਲੱਗ ਜਾਣਾ ਜਿਹਦੇ ਵਿੱਚ ਕਿ ਪੂਰਾ 1 ਸਾਲ ਪੜ੍ਹ ਸਕਦੇ ਔਰ ਉਧਰੋਂ ਗਰੰਟੀ ਟ੍ਰਾਂਸਫਰ ਹੋ ਸਕਦੇ। ਠੀਕ ਹੈ, ਇੱਕ ਦਰਸ਼ਕ ਦਾ ਸਵਾਲ ਹੋਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਹੈਲੋ ਜੀ, ਸਤਿ ਸ਼੍ਰੀ ਅਕਾਲ, ਕੀ ਨਾਮ ਹੈ ਜੀ, ਕੀ ਸਵਾਲ ਹੈ? ਕੁਆਲੀਫਿਕੇਸ਼ਨ ਕੀ ਹੈ? ਕਦੋਂ ਕੀਤੀ ਹੈ? ਉਸ ਤੋਂ ਬਾਅਦ ਕੀ ਕਰ ਰਹੇ ਹੋ? 18 ਤੋਂ ਬਾਅਦ ਹੁਣ ਤੱਕ ਫ੍ਰੀ ਹੋ? ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਜੀ? ਬੋਲ ਕਿੱਥੋਂ ਰਹੇ ਹੋ ਤੁਸੀਂ? ਲੁਧਿਆਣਾ। ਓਕੇ ਜੀ, ਤਾਂ +2 ਸਬਜੈਕਟ ਕੀ ਪੜ੍ਹੇ ਨੇ ਤੁਸੀਂ ਮੈਡਮ? ਸਬਜੈਕਟ ਕੀ ਸੀ ਆਰਟਸ ਦੇ ਵਿੱਚ? ਥੈਂਕ ਯੂ ਨਾਲ ਜੁੜਨ ਦੇ ਲਈ। ਇਸ ਬੱਚੀ ਵਾਸਤੇ ਮੈਂ ਬਹੁਤ ਵਧੀਆ ਇੱਕ ਸਲਾਹ ਦਊਂਗੀ, ਕਿਉਂਕਿ ਕੈਨੇਡਾ ਬਿਗਨੋ ਔਰ ਯੂਕੇ 1-5 ਨਹੀਂ ਲੈਂਦਾ, 5.5 ਤੋਂ ਘੱਟ ਨਹੀਂ ਹੋਣੇ ਚਾਹੀਦੇ ਆ। ਇਹ US ਕਰ ਲੈਣ। ਇੱਕ ਤਾਂ US ਦੇ ਵਿੱਚ ਇਹ ਬੈਨੀਫਿਟ ਹੈ ਕਿ ਤੁਸੀਂ ਜਿਹੜੀ ਫੀਸ ਹੈ ਯੂਨੀਵਰਸਿਟੀ ਦੀ ਆਫਟਰ ਵੀਜ਼ਾ ਦੇਣੀ ਹੈ, ਠੀਕ ਹੈ ਨਾ, ਤੇ ਤੁਸੀਂ ਜਿਹੜੀ ਸੈਵਿਸ ਫੀਸ ਔਰ ਅੰਬੈਸੀ ਫੀਸ ਦੇ ਕੇ ਆਪਣੀ ਫਾਈਲ ਲਗਾ ਸਕਦੇ ਹੋ। ਉੱਥੇ ਇਨ ਈਚ ਨਹੀਂ ਦੇਖਿਆ ਜਾਂਦਾ, ਉੱਥੇ ਓਵਰਆਲ ਤੁਹਾਡੇ 6 ਬੈਂਡ ਹੈ, ਤੁਹਾਡਾ ਬਹੁਤ ਸੋਹਣਾ ਯੂਨੀਵਰਸਿਟੀ ਸਕਾਲਰਸ਼ਿਪ ਵੀ ਤੁਹਾਨੂੰ 50% ਤੱਕ ਦਵਾ ਸਕਦੇ ਹਾਂ, ਤੁਸੀਂ ਉੱਥੇ US ਦੇ ਵਿੱਚ ਅਪਲਾਈ ਕਰ। ਠੀਕ ਹੈ, US ਤੇ ਅਸੀਂ ਬ੍ਰੀਫ ਚਰਚਾ ਕਰਾਂਗੇ, ਸਾਡੇ ਦਰਸ਼ਕ ਲਗਾਤਾਰ ਨਾਲ ਜੁੜ ਰਹੇ ਨੇ। ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਵੀ ਤੁਹਾਡੇ ਸ਼ਹਿਰ ਜਲੰਧਰ ਮੈਡਮ ਉਹਨਾਂ ਦੀ ਟੀਮ ਪਹੁੰਚ ਰਹੀ ਹੈ 23 ਸਪਤੰਬਰ ਨੂੰ ਹੋਟਲ ਕਿੰਗ ਦੇ ਵਿੱਚ, ਉੱਥੇ ਸੈਮੀਨਾਰ ਆਰਗਨਾਈਜ਼ ਕਰਾਇਆ ਜਾ ਰਿਹਾ ਜਿੱਥੇ ਕਿ ਮਲਟੀ ਕੰਟਰੀਜ਼ ਦੇ ਬਹੁਤ ਅੱਛੀਆਂ ਅੱਛੀਆਂ ਯੂਨੀਵਰਸਿਟੀਜ਼ ਕਾਲਜਸ ਦੇ ਡੈਲੀਗੇਟ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮਨਦੀਪ, ਸੈਮੀਨਾਰ ਜਲੰਧਰ ਚ ਕਰਾਉਣ ਦਾ ਕੀ ਮੋਟਿਵ ਹੈ? ਰੀਜ਼ਨ ਬੀਇੰਗ ਕਿ ਬਹੁਤ ਸਟੂਡੈਂਟ ਦੀ ਇਨਕੁਆਇਰੀ ਆਉਂਦੀ ਹੈ, ਮੈਡਮ ਜਲੰਧਰ ਤੁਸੀਂ ਆਓ ਜਾਂ ਅੰਮ੍ਰਿਤਸਰ ਆਓ ਜਾਂ ਨੇੜੇ ਤੇੜੇ ਜਿੰਨਾ ਵੀ ਸਟੂਡੈਂਟ ਹੈ, ਬਾਲਾਚੌਰ ਹੈ, ਨਵਾਂ ਸ਼ਹਿਰ ਹੈ, ਉਹ ਸਾਰੇ ਸਟੂਡੈਂਟਸ ਦੇ ਵਾਸਤੇ ਅਸੀਂ ਜਲੰਧਰ ਪਹੁੰਚ ਰਹੇ ਕਿ ਸਾਰੇ ਉੱਥੇ ਆ ਸਕਦੇ ਆ, ਇੱਕ ਮਿੰਟ ਜਾਂ ਪੁਆਇੰਟ ਹੋ ਜਾਣਾ। ਡਾਇਰੈਕਟ ਯੂਨੀਵਰਸਿਟੀਜ਼ ਵਾਲੇ ਸਾਡੇ ਨਾਲ ਹੋਣਗੇ, ਆਸਟ੍ਰੇਲੀਆ ਦੀ ਕਾਫੀ ਬੜੀ ਬੜੀ ਯੂਨੀਵਰਸਿਟੀਜ਼ ਹੋਣਗੀ, ਕੈਨੇਡਾ ਦੇ ਕਾਲਜਿਸ ਕਾਫੀ ਬੜੇ ਬੜੇ ਹੋਣਗੇ, ਸਾਰੇ ਗਵਰਨਮੈਂਟ ਕਾਲਜਿਸ ਹੋਣਗੇ, ਸਟੂਡੈਂਟਸ ਡਾਇਰੈਕਟ ਉਹਨਾਂ ਤੋਂ ਇਨਫੋਰਮੇਸ਼ਨ ਲੈ ਸਕਦੇ ਆ ਔਰ ਉਸ ਦਿਨ ਤੁਹਾਨੂੰ ਬਹੁਤ ਬੈਨੀਫਿਟ ਮਿਲਦਾ, ਰੀਜ਼ਨ ਬੀਇੰਗ ਕਿ ਕਾਫੀ ਸਾਰੀ ਸਕਾਲਰਸ਼ਿਪਸ ਵੀ ਤੁਹਾਨੂੰ ਅਵਾਰਡ ਹੋ ਸਕਦੀ ਹੈ। ਠੀਕ ਹੈ, ਇੱਕ ਹੋਰ ਦਰਸ਼ਕ ਦਾ ਸਵਾਲ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕੀ ਨਾਮ ਹੈ ਜੀ, ਕੀ ਸਵਾਲ ਹੈ ਤੁਹਾਡਾ? ਪ੍ਰਭਜੀਤ, +2 2021 ਸਬਜੈਕਟ ਕੀ ਸੀ +2 ਚ? ਆਰਟਸ ਚ ਕੀ ਪੜ੍ਹਿਆ ਤੁਸੀਂ? ਥੈਂਕ ਯੂ ਜੀ ਨਾਲ ਜੁੜਨ ਦੇ ਲਈ। ਮੈਡਮ 21 ਪਾਸ ਆਊਟ ਬੱਚਾ, 5.5 not less than 5, ਕੀ ਸੁਜੈਸ਼ਨ ਰਹੇਗਾ ਜੀ ਤੁਹਾਡਾ ਸਟੂਡੈਂਟ ਨੂੰ? 5.5 not less than 5, 21 ਪਾਸ ਆਊਟ +2,
ਹੁਣ ਆਰਟਸ ਦੇ ਨਾਲ ਆਰਟਸ ਦੇ ਨਾਲ ਦੇਖੋ ਇੱਕ ਚ ਪੰਜ ਯੂਕੇ ਵੀ ਨਹੀਂ ਲੈਂਦਾ ਜਾਂ ਤੇ ਇਹ ਯੂਕੇ ਵੀ ਆਈ ਆਇਲਸ ਕਰ ਲੈਣ ਚਾਹੇ ਉਹਦੇ ਵਿੱਚ ਪੰਜ ਬੈਂਡ ਓਵਰਆਲ ਵੀ ਹੋਣ ਮੈਂ ਇਹਨਾਂ ਨੂੰ ਯੂਕੇ ਭੇਜ ਸਕਦੀ ਹਾਂ ਰਾਈਟ ਅਦਰਵਾਈਜ਼ ਇਹ 5.5 ਓਵਰਆਲ ਹੈ ਨਾ ਯੂਐਸ ਜਾ ਸਕਦੇ ਆ ਜੇ ਸਪੀਕਿੰਗ ਇਹਨਾਂ ਦੀ ਠੀਕ ਹੈ ਸਪੀਕਿੰਗ ਚ 5.5 ਹੈ ਤੇ ਮੈਂ ਇਹਨਾਂ ਨੂੰ ਪ੍ਰੈਫਰ ਕਰਾਂਗੀ ਤੁਸੀਂ ਯੂਐਸਏ ਵਾਸਤੇ ਅਪਲਾਈ ਕਰ ਲਓ ਕਿਉਂਕਿ ਸਭ ਤੋਂ ਵੱਡੀ ਗੱਲ ਯੂਐਸ ਦੇ ਵਿੱਚ ਤੁਹਾਡੀ ਫੀਸਾਂ ਜਿਹੜੀ ਹੈ ਵੀਜ਼ਾ ਦੇ ਬਾਅਦ ਹੈ ਤੇ ਉਹ ਸਾਨੂੰ ਇੱਕ ਬਹੁਤ ਪਲੱਸ ਪੁਆਇੰਟ ਹੈ ਕਿ ਸਟੂਡੈਂਟ ਦਾ ਕੋਈ ਏਡਾ ਵੱਡਾ ਲਾਸ ਨਹੀਂ ਹੈ ਟਾਈਮ ਦਾ ਲਾਸ ਨਹੀਂ ਮੇਨ ਜਿਹੜਾ ਟਾਈਮ ਦਾ ਲਾਸ ਹੈ ਨਾ ਉਹ ਬਹੁਤ ਤੰਗ ਕਰਦਾ ਤੇ ਟਾਈਮ ਦਾ ਇਹਦੇ ਵਿੱਚ ਪੈਸੇ ਦਾ ਕੋਈ ਇੰਨਾ ਵੱਡਾ ਲਾਸ ਯੂਐਸਏ ਲਈ ਸਾਨੂੰ ਗਾਈਡ ਕਰੋ ਇੰਟਰਵਿਊ ਦੀਆਂ ਡੇਟਸ ਮਿਲ ਪਾ ਰਹੀਆਂ ਨੇ ਕਿੰਨੇ ਦੇਖੋ ਇੰਟਰਵਿਊ ਦੀਆਂ ਡੇਟਸ ਦੇ ਵਿੱਚ ਵਿੱਚ ਨਿਕਲ ਰਹੀਆਂ ਔਰ ਇਸ ਟਾਈਮ ਵੀਜ਼ਾ ਵੀ ਅੱਛਾ ਹੈ ਦੁਬਾਰਾ ਤੋਂ ਦੇਣਾ ਸ਼ੁਰੂ ਕੀਤਾ ਇਸ ਕਰ ਠੀਕ ਹੈ ਓਕੇ ਜੀ ਨੈਕਸਟ ਕਾਲਰ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਜੀ ਕੀ ਨਾਮ ਹੈ ਤੁਹਾਡਾ ਕੀ ਸਵਾਲ ਹੈ ਮੋਗਾ ਤੋਂ ਹਾਂਜੀ ਠੀਕ ਹੈ ਸਵਾਲ ਕੀ ਹੈ ਸਰ ਤੁਹਾਡਾ ਕੈਨੇਡਾ ਭੇਜਣਾ ਚਾਹੁੰਦੇ ਹੋ ਪਰ ਬਜਟ ਘੱਟ ਹੈ ਓਕੇ ਬੋਰਡ ਕਿਹੜਾ ICSE ਅੱਛਾ ਇਹਨਾਂ ਦਾ ਬਜਟ ਕੀ ਹੈ ਕਿਉਂਕਿ ਜਿਹੜੇ 6.5-6.5 ਲੱਖ ਤੇ GIC ਜਾਣੀ ਜਾਣੀ ਆ ਕਿੰਨਾ ਬਜਟ ਹੈ ਸਰ ਤੁਹਾਡਾ ਬਸ ਹੋ ਜਾਣਾ ਕਿਉਂਕਿ $14,000 ਚ ਵੀ ਤੁਹਾਨੂੰ ਕਾਲਜਿਸ ਮਿਲ ਜਾਂਦੇ ਆ ਔਰ ਮੇਰੇ ਖਿਆਲ ਕਾਲਜ ਦੀ ਫੀਸ ਹੈ $12,000 ਤੇ ਤੁਹਾਡਾ ਬਜਟ ਬਿਲਕੁਲ ਸਹੀ ਫਿੱਟ ਬੈਠ ਜਾਣਾ ਠੀਕ ਹੈ ਸਰ ਆਪਸ਼ਨ ਹੈਗੀਆਂ ਨੇ ਤੁਸੀਂ ਮੋਗੇ ਤੋਂ ਬੋਲ ਰਹੇ ਇੱਕ ਵਾਰੀ ਆਪਣੇ ਬੱਚੇ ਦੇ ਡਾਕੂਮੈਂਟਸ ਇਹਨਾਂ ਨੰਬਰ ਤੇ ਵਟਸਐਪ ਕਰ ਦਿਓ ਬਾਕੀ ਤੁਸੀਂ ਜੇਕਰ ਤੁਹਾਡੇ ਕੋਲ ਟਾਈਮ ਜ਼ਰੂਰ ਕੱਢਿਓ ਵੈਸੇ 23 ਸਤੰਬਰ ਨੂੰ ਜਲੰਧਰ ਆਉਣਾ ਮੈਡਮ ਉਹਨਾਂ ਨੇ ਹਨਾ 23 ਸਤੰਬਰ ਜਲੰਧਰ ਦਾ ਸੈਮੀਨਾਰ ਹੈ ਹੋਟਲ ਕਿੰਗਸ ਦੇ ਵਿੱਚ ਹੈ ਉੱਥੇ ਪਹੁੰਚ ਜਾਓ 11 ਵਜੇ ਤੋਂ ਲੈ ਕੇ 4 ਵਜੇ ਤੱਕ ਦਾ ਹੈ ਤੇ ਉੱਥੇ ਕੋਈ ਵੀ ਪਹੁੰਚ ਸਕਦਾ ਹੈ ਉੱਥੇ ਤੁਸੀਂ ਪਹੁੰਚ ਸਕਦੇ ਹੋ ਅਦਰਵਾਈਜ਼ ਚੰਡੀਗੜ੍ਹ ਨਹੀਂ ਇਹ ਤੇ ਇਹਨਾਂ ਦਾ ਤਾਂ ਕੇਸ ਜਿਹੜਾ ਹੈ ਕੱਲ ਡਾਕੂਮੈਂਟਸ ਜਾਂ ਜਿਹੜਾ ਨੰਬਰ ਚੱਲ ਰਿਹਾ ਉਹਦੇ ਉੱਪਰ ਵਟਸਐਪ ਕਰ ਦੇਣ ਓਕੇ ਸਾਡੀ ਟੀਮ ਇਹਨਾਂ ਨੂੰ ਰਿਵਰਟ ਕਰ ਦੇਗੀ ਕਿਉਂਕਿ ਹਜੇ ਵੀ ਕੁਝ ਕਾਲਜਿਸ ਦੇ ਵਿੱਚ 2-3 ਦਿਨ ਤੱਕ ਓਕੇ ਅਪ ਟੂ 15th ਜਿਹੜਾ ਮੇਰੇ ਖਿਆਲ 18 ਤੱਕ ਜਨਵਰੀ ਦੀ ਕੁਝ ਸੀਟਾਂ ਅਵੇਲੇਬਲ ਇਹਨਾਂ ਦਾ ਜਨਵਰੀ ਦੇ ਇਨਟੇਕ ਚ ਨਿਕਲ ਜਾਏ ਦੇਰੀ ਨਾ ਕਰਨ ਕਿਉਂਕਿ ਨਿਊ ਈਅਰ ਸ਼ੁਰੂ ਹੋਏਗਾ ਵੀਜ਼ਾ ਚਾਂਸਿਸ ਜ਼ਿਆਦਾ ਹੁੰਦੇ ਆ ਦੇਰੀ ਬਿਲਕੁਲ ਨਹੀਂ ਕਰਨੀ ਜੀ ਅਪਕਮਿੰਗ ਇਨਟੇਕ ਜਿਹੜਾ ਜਨਵਰੀ ਹੈ ਤੁਹਾਨੂੰ ਮਿਲ ਸਕਦਾ ਇੱਕ ਹੋਰ ਦਰਸ਼ਕ ਦਾ ਸਵਾਲ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਵਾਜ਼ ਪਹੁੰਚ ਰਹੀ ਹੈ ਜੀ ਤੁਹਾਡੇ ਤੱਕ ਥੈਂਕ ਯੂ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਕੀ ਨਾਮ ਹੈ ਕੀ ਸਵਾਲ ਹੈ ਤੁਹਾਡਾ ਮੇਰਾ ਨਾਮ ਮਨਪ੍ਰੀਤ ਕੌਰ ਹੈ ਕਿੱਥੋਂ ਬੋਲ ਰਹੇ ਹੋ ਮਨਪ੍ਰੀਤ ਜੀ ਮੈਂ ਚੰਡੀਗੜ੍ਹ ਤੋਂ ਬੋਲ ਰਹੀ ਹਾਂ ਓਕੇ ਜੀ ਕੀ ਸਵਾਲ ਹੈ ਮਨਪ੍ਰੀਤ ਮੇਰੇ 65% ਹੈ 65 ਪਲੱਸ ਮੈਂ 2022 ਦੀ ਕੀਤੀ ਹੈ ਓਕੇ ਠੀਕ ਹੈ ਹਾਂਜੀ 5.5 ਠੀਕ ਹੈ ਮੇਰੇ ਜੋ ਬੈਂਡ ਨੇ ਠੀਕ ਹੈ 5.5 ਨਾਟ ਲੈਸ ਦੈਨ ਮੈਨੂੰ ਲੱਗਦਾ 5.5 ਹੈ ਤੇ ਇੱਕ ਅੱਧੇ ਚ 5 ਵੀ ਆਇਆ ਹੋਏਗਾ ਔਰ ਪਲੱਸ 2 ਕੀਤੀ ਹੈ ਇਹਨਾਂ ਨੇ 55 ਪਤਾ ਨਹੀਂ 65% 2022 ਪਾਸ ਆਊਟ ਨੇ ਓਵਰਆਲ 5.5 ਹੁਣ ਇਹਨਾਂ ਇਹ ਨਹੀਂ ਪਤਾ ਕਿਉਂਕਿ ਰੀਜ਼ਨ ਬੀਇੰਗ ਆਇਲਸ ਬਹੁਤ ਅੱਛੀ ਨਹੀਂ ਹੈ ਤੇ ਜਿਨ੍ਹਾਂ ਦੀ ਆਇਲਸ ਅੱਛੀ ਨਹੀਂ ਹੈ ਤੇ ਉਹਨਾਂ ਨੂੰ ਮੈਂ ਸਾਰਿਆਂ ਨੂੰ ਯੂਐਸ ਦਾ 5.5 ਐਕਸੈਪਟੇਬਲ ਹੈ ਪਲੱਸ 2 ਸਟੂਡੈਂਟ ਵਾਸਤੇ ਕਿਉਂਕਿ ਤੁਸੀਂ ਦੇਖੋ ਕੈਨੇਡਾ ਵਾਸਤੇ ਵੀ ਅੱਜ ਤੋਂ ਕੁਝ ਸਾਲ ਪਹਿਲੇ ਤੱਕ 5.5 10 ਸਾਲ ਪਹਿਲੇ ਤੱਕ ਐਕਸੈਪਟੇਬਲ ਸੀਗਾ ਲੇਕਿਨ ਕਿਉਂਕਿ ਬੱਚਾ ਬਹੁਤ ਜਾ ਰਿਹਾ ਸੀਗਾ ਤੇ ਉਹਨਾਂ ਨੇ ਛਟਨੀ ਕਰਨੀ ਸ਼ੁਰੂ ਕਰਤੀ ਨੈਚੁਰਲ ਹੈ ਕੋਈ ਵੀ ਕੰਟਰੀ ਜਿਹੜੀ ਹੈ ਉਹ ਫਿਰ ਬਹੁਤ ਅੱਛੇ ਬੱਚੇ ਲੈਣਾ ਸ਼ੁਰੂ ਕਰ ਦਿੰਦਾ ਨਾ ਮਾਪਦੰਡ ਵਧਾ ਦਿੰਦਾ ਇਸ ਕਰਕੇ ਹਜੇ ਯੂਐਸ ਦੇ ਵਿੱਚ ਤੁਸੀਂ 5.5 ਨਾਲ ਅਪਲਾਈ ਕਰ ਸਕਦੇ ਹੋ ਸਪੀਕਿੰਗ ਤੇ ਤੁਹਾਡਾ ਕੰਫੀਡੈਂਸ ਹੋਣਾ ਚਾਹੀਦਾ ਜੇ ਥੋੜਾ ਜਿਹਾ ਇੰਟਰਵਿਊ ਦੇਣ ਚ ਤੁਸੀਂ ਠੀਕ ਠਾਕ ਬੋਲ ਸਕਦੇ ਹੋ 2-3 ਕੁਐਸਚਨ ਹੁੰਦੇ ਆ ਫਿਰ ਤੁਸੀਂ ਔਰ ਤੁਹਾਡੀ ਫੀਸ ਵੀਜ਼ਾ ਦੇ ਬਾਅਦ ਹੈ ਠੀਕ ਹੈ ਸਭ ਤੋਂ ਜਿਹੜੀ ਬੈਨੀਫੀਸ਼ੀਅਲ ਔਰ ਜੇ ਤੁਸੀਂ ਯੂਕੇ ਜਾਣਾ ਹੈ ਕਿਉਂਕਿ ਯੂਕੇ ਹੋਰ ਬੱਚਾ ਸੁਣਦਾ ਉਹ ਵੀ ਜਾ ਰਹੇ ਵੀ ਇਹ ਵੀ ਬੱਚਿਆਂ ਦੇ ਵਿੱਚ ਬਹੁਤ ਹੁੰਦੀ ਹੈ ਕਿ ਹਨਾ ਮੇਰੇ ਫਰੈਂਡ ਜਾ ਰਹੇ ਆ ਤੇ ਯੂਕੇ ਵੀ ਆਈ ਆਇਲਸ ਕਰ ਲੋ ਜਾਂ ਯੂਕੇ ਵੀ ਆਈ ਪੀਟੀ ਕਰ ਲੋ
ਉਹਦੇ ਵਿੱਚ ਪੀਟੀ ਅਸੀਂ 44 ਚ ਵੀ ਲੈ ਲਾਂਗੇ ਠੀਕ ਹੈ ਐਂਡ ਆਇਲਸ ਅਸੀਂ 5 ਬੈਂਡ ਓਵਰਆਲ ਚ ਵੀ ਲੈ ਲਾਂਗੇ ਠੀਕ ਹੈ ਜੀ ਸੋ ਮੈਮ ਕੋਲ ਕਰੀਬ 3 ਦਹਾਕਿਆਂ ਦਾ ਐਕਸਪੀਰੀਅੰਸ ਹੈ ਕਰੀਬ ਕਰੀਬ 26-27 ਸਾਲ ਦਾ ਐਕਸਪੀਰੀਅੰਸ ਹੈ ਤੁਸੀਂ ਇਸ ਐਕਸਪੀਰੀਅੰਸ ਦਾ ਬੈਨੀਫਿਟ ਲੈ ਸਕਦੇ ਹੋ ਸਾਡੇ ਇਸ ਸ਼ੋਅ ਦੇ ਵਿੱਚ ਕਾਲ ਕਰਕੇ ਨੈਕਸਟ ਕਾਲਰ ਨਾਲ ਨੇ ਜੀ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਨਮਸਤੇ ਮੈਮ ਜੀ ਸਤਿ ਸ਼੍ਰੀ ਅਕਾਲ ਕੀ ਸਵਾਲ ਹੈ ਤੁਹਾਡਾ ਔਰ ਕੀ ਨਾਮ ਹੈ ਜੀ ਕੀ ਜਾਣਕਾਰੀ ਚਾਹੁੰਦੇ ਹੋ ਮੇਰਾ ਨਾਮ ਜੋਤੀ ਹੈ ਜੀ ਮੈਂ ਆਪਣੇ ਬੇਟੇ ਬਾਰੇ ਪੁੱਛਣਾ ਚਾਹੁੰਦੀ ਹਾਂ ਜੋਤੀ ਜੀ ਕਿੱਥੋਂ ਬੋਲ ਰਹੇ ਹੋ ਤੁਸੀਂ ਆਈਲੈਟਸ ਕੀਤੀ ਹੈ ਠੀਕ ਹੈ ਕਿੰਨੇ ਬੈਂਡ ਨੇ ਉਹਦੇ ਆਲ ਓਵਰ 6.5 ਹੈ ਠੀਕ ਹੈ ਸਪੀਕਿੰਗ ਸਕੋਰ ਹੈ 5.5 ਓਕੇ ਜੀ ਪੜ੍ਹਿਆ ਕਿੰਨੇ ਜੀ ਤੁਹਾਡਾ ਬੇਟਾ ਕਦੋਂ ਕੀਤੀ ਹੈ ਜੀ 2021 ਠੀਕ ਹੈ ਤੇ ਕਿਹੜੇ ਮੁਲਕ ਭੇਜਣਾ ਚਾਹੁੰਦੇ ਹੋ ਕੈਨੇਡਾ ਬੋਲ ਕਿੱਥੋਂ ਰਹੇ ਹੋ ਤੁਸੀਂ ਹਾਂਜੀ ਓਕੇ ਓਕੇ ਥੈਂਕ ਯੂ ਜੀ ਥੈਂਕ ਯੂ ਸੁਣ ਸਕਦੇ ਹੋ ਜੀ ਜਵਾਬ ਤੁਸੀਂ ਟੀਵੀ ਤੇ ਆਪਣਾ ਇੱਕ ਮੋਡਿਊਲ 5.5 ਮੈਡਮ ਇੱਕ ਮੋਡਿਊਲ ਸਬਜੈਕਟਸ ਕੀ ਹੈ ਦੇ ਪਲੱਸ ਟੂ ਕੀਤੀ ਹੈ ਨਾ ਜੀ ਪਲੱਸ ਟੂ ਕੀਤੀ ਹੈ ਕਾਲ ਜੇ ਕਮਰਸ ਸਟੂਡੈਂਟ ਹੁੰਦਾ ਤਾਂ ਮੈਨੂੰ ਆਸਟ੍ਰੇਲੀਆ ਵੀ ਦੇ ਸਕਦੀ ਸੀਗੀ ਕਿਉਂਕਿ ਨਵੰਬਰ ਇਨਟੇਕ ਹੈ ਐਂਡ ਆਇਲਸ ਦਾ ਬੈਂਡ ਵੀ ਉਹਨਾਂ ਦੇ ਹਿਸਾਬ ਨਾਲ ਠੀਕ ਹੈ ਠੀਕ ਹੈ ਔਰ ਜੇ ਇਹਨਾਂ ਨੇ ਕੈਨੇਡਾ ਕਰਨਾ ਇੱਕ ਚ 5.5 ਓਵਰਆਲ 6.5 ਮੇਰੇ ਖਿਆਲ ਹੈ ਬੈਂਡ ਹਾਂਜੀ ਓਵਰਆਲ 6.5 ਚ 5.5 ਤੇ ਫਿਰ ਮੈਂ ਥੋੜਾ ਜਿਹਾ ਕੇਸ ਲੈ ਸਕਦੀ ਹਾਂ ਕਿਉਂਕਿ ਜੇ ਓਵਰਆਲ 6 ਹੋਣ ਇੱਕ ਚ 5.5 ਉਹ ਥੋੜਾ ਜਿਹਾ ਮੈਨੂੰ ਲੱਗਦਾ ਕਿਉਂਕਿ ਇਹ ਨੈਚੁਰਲ ਹੈ ਕਿ ਤੁਹਾਡੇ ਪਰਸੈਂਟੇਜ ਅੱਛੀ ਹੈ ਤੁਹਾਡਾ ਆਇਲਸ ਬੈਂਡ ਅੱਛਾ ਇੱਕ ਅੱਧੇ ਚ ਫਿਰ ਕੰਪਰੋਮਾਈਜ਼ ਅਸੀਂ ਕਰ ਸਕਦੇ ਹਾਂ ਅਪਲਾਈ ਕਰ ਸਕਦੇ ਸੋ ਮੈਮ 3 ਸਪਟੈਂਬਰ ਨੂੰ ਜਲੰਧਰ ਹੋਟਲ ਕਿੰਗ ਦੇ ਵਿੱਚ ਸੈਮੀਨਾਰ ਹੈਗਾ ਤੁਸੀਂ ਇੱਕ ਜੇ ਤਾਂ ਤੁਸੀਂ ਮੈਡਮ ਦੇ ਕਹਿਣਾ ਕਿਉਂਕਿ ਜਿੱਦਾਂ ਪਹਿਲਾਂ ਲਾਸਟ ਕਾਲਰ ਨੂੰ ਕਿਹਾ ਸੀਗਾ ਵੀ ਜੇ ਤਾਂ ਡਾਕੂਮੈਂਟ ਪਹਿਲਾਂ ਭੇਜ ਦੋਗੇ ਤਾਂ ਜਨਵਰੀ ਇਨਟੇਕ ਮਿਲ ਸਕਦਾ ਬਿਲਕੁਲ ਔਰ ਜੇ ਥੋੜੇ ਜੇ ਵੀ ਲੇਟ ਕਰਦੇ ਹੋ ਫਿਰ ਅਗਲੇ ਇਨਟੇਕ ਵਾਸਤੇ ਦੇਖਣਾ ਕਈ ਵਾਰੀ ਨਾ ਪ੍ਰੋਗਰਾਮ ਇੰਨੇ ਅੱਛੇ ਮਿਲ ਜਾਂਦੇ ਜਿੱਦਾਂ ਹਸਪਿਟੈਲਿਟੀ ਮੈਨੇਜਮੈਂਟ ਦਾ ਉਹਦੇ ਵਿੱਚ 101% ਤੁਹਾਨੂੰ ਇੰਟਰਨਸ਼ਿਪ ਮਿਲਦੀ ਹੈ ਪੇਡ ਇੰਟਰਨਸ਼ਿਪ ਮਿਲਦੀ ਹੈ ਤੁਹਾਨੂੰ ਸੈਲਰੀ ਮਿਲ ਰਹੀ ਹੈ ਇਹੋ ਜਿਹੇ ਪ੍ਰੋਗਰਾਮ ਸਾਡੇ ਦੇਣ ਦੀ ਕੋਸ਼ਿਸ਼ ਹੁੰਦੀ ਹੈ ਨੈਵੀਗੇਟਰ ਦਾ ਜਿਹੜਾ ਸ਼ੁਰੂ ਤੋਂ ਕੀ ਆਬਜੈਕਟ ਰਿਹਾ ਕਿ ਜਿਹੜਾ ਬੱਚਾ ਜਾ ਰਿਹਾ ਉਹਨੂੰ ਇੰਨੇ ਅੱਛੇ ਪ੍ਰੋਗਰਾਮ ਚ ਭੇਜੋ ਕਿ ਉਹਦੀ ਸੈਟਲਮੈਂਟ ਹੋਏ ਕਿਉਂਕਿ ਕੋਈ ਵੀ ਬੱਚਾ ਜਦ ਪੈਸੇ ਖਰਚ ਕਰ ਰਿਹਾ ਤੇ ਉਹ ਮੇਨਲੀ ਕਿਸ ਵਾਸਤੇ ਕਰ ਰਿਹਾ ਕਿ ਉਹਦੀ ਸਟੱਡੀ ਅੱਛੀ ਹੋਏ ਉਹ ਕੋਰਸ ਹੋਏ ਜਿਹਦੇ ਨਾਲ ਉਹਨੂੰ ਸੈਟਲਮੈਂਟ ਲੈਣ ਚ ਬਹੁਤ ਈਜ਼ੀ ਹੋਏ ਔਰ ਸਾਡਾ ਇਹੀ ਮਕਸਦ ਹੈ ਕਿ ਕੋਈ ਵੀ ਬੱਚਾ ਜਿਹੜਾ ਬਿਨਾਂ ਜੋਬ ਦੇ ਨਾ ਰਹੇ ਬਿਨਾਂ ਸੈਟਲਮੈਂਟ ਦੇ ਅਦਰਵਾਈਜ਼ ਉਹਨਾਂ ਨੂੰ ਜਾਣ ਦਾ ਇੰਨਾ ਟਾਈਮ ਜਿਹੜਾ ਇਨਵੈਸਟ ਕਰਨ ਦਾ ਦੇਰ ਇਜ਼ ਨੋ ਯੂਜ਼ ਬਿਲਕੁਲ ਜੀ ਮੈਮ ਬਹੁਤ ਸਾਰੇ ਸਟੂਡੈਂਟ ਕਾਲ ਕਰਦੇ ਨੇ ਔਰ ਅੱਜ ਕੱਲ੍ਹ ਤਾਂ ਸਟੂਡੈਂਟ ਦੇ ਪੇਰੈਂਟਸ ਬਹੁਤ ਜ਼ਿਆਦਾ ਐਕਟਿਵ ਹੋ ਗਿਆ ਕਈ ਪੇਰੈਂਟਸ ਪਲੱਸ ਟੂ ਤੋਂ ਬਾਅਦ ਦੇ ਬੱਚੇ ਦੀ ਅਸੀਂ ਬਹੁਤ ਗੱਲ ਕੀਤੀ ਲੇਕਿਨ ਕਈ ਪੇਰੈਂਟਸ ਆਪਣੇ ਬੱਚਿਆਂ ਨੂੰ ਸਕੂਲਿੰਗ ਵੀਜ਼ਾ ਲਈ ਭੇਜਣਾ ਬਿਲਕੁਲ ਮੈਂ ਤੁਹਾਨੂੰ ਸਵਾਲ ਲੈ ਲਈਏ ਫਿਰ ਇਸ ਤੇ ਚਰਚਾ ਕਰ ਜੀ ਸਵਾਗਤ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਕੀ ਜਾਣਕਾਰੀ ਚਾਹੁੰਦੇ ਹੋ ਤੁਸੀਂ ਨਮਸਕਾਰ ਜੀ ਕੀ ਨਾਮ ਹੈ ਕੀ ਸਵਾਲ ਹੈ ਜੀ ਕੀ ਕੀਤਾ ਹੈ ਜੀ ਬੇਟੀ ਨੇ 2019 ਦੇ ਵਿੱਚ ਹਾਂਜੀ ਸਰ 12ਵੀਂ ਕੀਤੀ 2019 ਦੇ ਵਿੱਚ ਕਿਹੜੀ ਡਿਗਰੀ ਕੀਤੀ ਹੈ ਜੀ ਓਕੇ ਬੀਏ ਕਰੀ ਹੈ ਕਿੰਨੇ ਨੰਬਰ ਨੇ ਜੀ 58 ਆਇਲਸ ਜਾਂ ਪੀਟੀ ਕੁਛ ਕੀਤਾ ਠੀਕ ਹੈ ਓਕੇ ਸਰ 2019 ਤੋਂ ਬਾਅਦ ਤੁਹਾਡੀ ਬੇਟੀ ਕੀ ਕਰ ਰਹੀ ਹੈ ਤੁਹਾਡੀ ਬੇਟੀ 2019 ਤੋਂ ਬਾਅਦ ਹੁਣ ਤੱਕ ਕੀ ਕਰ ਰਹੀ ਹੈ ਰਿਜ਼ਲਟ ਦੀ ਵੇਟ ਸਰ ਕਲੀਅਰ ਆਵਾਜ਼ ਨਹੀਂ ਸਮਝ ਪਾ ਰਹੇ ਹਾਂ ਤੁਹਾਡੀ ਥੋੜਾ ਜਿਹਾ ਕਲੀਅਰ ਹੋ ਕੇ ਬੋਲੋ ਓਕੇ ਠੀਕ ਹੈ ਰਿਜ਼ਲਟ 2022 ਚ ਆਇਆ ਓਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਹੁਣ ਤੁਸੀਂ ਕੀ ਸਵਾਲ ਹੈ ਤੁਹਾਡਾ ਆਸਟ੍ਰੇਲੀਆ ਓਕੇ ਕਿਸੇ ਵੀ ਕੰਟਰੀ ਚ ਓਕੇ ਓਕੇ ਠੀਕ ਹੈ ਥੈਂਕ ਯੂ ਜੀ ਨਾਲ ਜੁੜਨ ਲਈ ਆਨਸਰ ਸੁਣ ਸਕਦੇ ਹੋ ਤੁਸੀਂ ਗ੍ਰੈਜੂਏਸ਼ਨ ਇਹਨਾਂ ਨੇ ਕੀਤੀ ਹੈ 2022 ਚ ਰਾਈਟ ਪਰਸੈਂਟੇਜ ਹੈ 58% 2019 ਚ ਕੰਪਲੀਟ ਹੋਣੀ ਚਾਹੀਦੀ ਸੀ
ਬੈਕਲਾਗ ਹੈ ਨਾ, ਹੁਣ ਬੈਕਲਾਗ 7-8 ਤੇ ਐਕਸੈਪਟ ਹੋ ਸਕਦੇ ਆ, ਬਟ ਜੇ ਉਹ 15-20 ਬੈਕਲਾਗ ਹੈ ਤੇ ਇਸ ਟਾਈਮ ਵੀਜ਼ੇ ਵਾਸਤੇ ਮੁਸ਼ਕਲ ਆਏਗੀ। ਠੀਕ ਹੈ, ਫਿਰ ਉਹੋ ਜਿਹੀ ਕੰਟਰੀ ਅਸੀਂ ਦਈਏ, ਇਹਨਾਂ ਦਾ ਇਹ ਸਵਾਲ ਹੈ। ਇਹਨਾਂ ਤੇ ਜਦ ਤੱਕ ਮੈਂ ਪੇਪਰ ਨਹੀਂ ਦੇਖੂੰਗੀ, ਮੇਰੇ ਖਿਆਲ ਤੁਹਾਨੂੰ ਮੈਂ ਪਿਛਲੀ ਵਾਰੀ ਪ੍ਰੋਗਰਾਮ ਦੱਸਿਆ ਸੀਗਾ, ਸਵਿਟਜ਼ਰਲੈਂਡ ਦਾ 1 ਸਾਲ ਪ੍ਰੋਗਰਾਮ ਕਰਕੇ ਇਹ US ਦੇ ਟ੍ਰਾਂਸਫਰ ਲੈ ਸਕਦੇ, 6 ਮਹੀਨੇ ਪੜ੍ਹਨਾ, 6 ਮਹੀਨੇ ਪੇਡ ਇੰਟਰਨਸ਼ਿਪ ਹੈ। ਠੀਕ ਹੈ, ਉਹ ਪ੍ਰੋਗਰਾਮ ਇਹਨਾਂ ਦੇ ਵਾਸਤੇ ਬਹੁਤ ਅੱਛਾ, ਜੇ ਇੰਨੇ ਬੈਕਲੌਗ ਹੈ 15-18 ਬੈਕਲੌਗ ਉਹ ਲੈ ਲੈਂਦੇ ਆ। ਠੀਕ ਹੈ, ਤੇ ਮੇਰੇ ਖਿਆਲ ਇਹਨਾਂ ਦੇ ਵਾਸਤੇ ਜਿਹੜਾ ਮੈਂ ਹੁਣ ਸੁਣ ਰਹੀ ਹਾਂ, ਮੈਨੂੰ ਨੀ ਪਤਾ ਪੇਪਰ ਦੇਖ ਕੇ ਬਾਕੀ ਪਤਾ ਚੱਲੇਗਾ, ਤੇ ਉਸ ਹਿਸਾਬ ਨਾਲ ਅਸੀਂ ਗਾਈਡ ਕਰ ਸਕਦੇ ਹਾਂ, ਕਿਉਂਕਿ ਆਵਾਜ਼ ਦੀ ਵੀ ਕਲੈਰਿਟੀ ਨਹੀਂ ਸੀਗੀ। ਸਕੂਲਿੰਗ ਵੀਜ਼ਾ ਤੇ ਸਕੂਲਿੰਗ ਵੀਜ਼ਾ ਇਹ ਹੈ ਮਨਦੀਪ, ਆਸਟ੍ਰੇਲੀਆ ਦਾ ਇਸ ਟਾਈਮ ਬਹੁਤ ਅੱਛਾ ਆ ਰਿਹਾ ਸਕੂਲਿੰਗ ਵੀਜ਼ਾ। ਠੀਕ ਹੈ, ਔਰ ਉਹਦੇ ਵਿੱਚ ਪੇਰੈਂਟਸ ਨੂੰ ਵੀ ਮਿਲ ਰਿਹਾ, ਜਿੱਦਾਂ ਡਿਪੈਂਡੈਂਟ ਪੰਜਾਬ ਚ ਇਹ ਹੈ ਕਿ ਬੱਚਾ ਜਾ ਰਿਹਾ ਤੇ ਮਦਰ ਜਾਣਾ ਚਾਹੁੰਦੀ ਹੈ ਨਾਲ ਜਾਂ ਕੁਛ, ਉਹ ਆ ਰਿਹਾ, ਤਾਂ ਮੇਰੇ ਖਿਆਲ ਉਸ ਵੀਜ਼ੇ ਨੂੰ ਤੁਸੀਂ ਸੋਚ ਸਕਦੇ ਹੋ, ਜੇ ਬੱਚਾ 8ਵੀਂ 9ਵੀਂ 10ਵੀਂ ਜਾਂ ਈਵਨ 11ਵੀਂ 12ਵੀਂ ਕੋਈ ਵੀ ਕਲਾਸ ਹੈ, ਕਿਉਂਕਿ ਸਮਝੋ ਬੱਚਾ 11ਵੀਂ ਵਿੱਚ ਹੈ ਤੇ ਉਹ ਵੀ ਅਪਲਾਈ ਕਰ ਸਕਦਾ, ਕਿਉਂਕਿ 2 ਸਾਲ ਕਰਕੇ ਫਿਰ ਤੇ ਉਹਨੂੰ ਪਲੱਸ ਟੂ ਦੇ ਬਾਅਦ ਜਿਹੜਾ ਸੋਚਦੇ ਆ, ਤੇ ਸਕੂਲਿੰਗ ਵੀਜ਼ਾ ਥੋੜਾ ਈਜ਼ੀ ਹੁੰਦਾ। ਈਜ਼ੀਲੀ ਮਿਲ ਜਾਂਦਾ, ਉਹਦੇ ਵਿੱਚ ਬੈਂਡ ਰਿਕੁਆਇਰਮੈਂਟ ਵੀ ਕੋਈ ਲੰਬੀ ਚੌੜੀ ਨਹੀਂ ਹੁੰਦੀ, ਔਰ ਜੇ ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ ਹੈ ਤਾਂ ਸਾਨੂੰ ਆਇਲਸ ਦੀ ਵੀ ਲੋੜ ਨਹੀਂ। ਠੀਕ ਹੈ ਮੈਮ, ਬੇਸਿਕ ਜਿਹੜੀ ਗੱਲ ਹੈਗੀ ਹੈ ਉਹਦਾ ਤੁਹਾਡੇ ਤਜਰਬੇ ਦੇ ਅਨੁਸਾਰ ਜਵਾਬ ਚਾਹੂੰਗੀ, ਅਸਲ ਮੈਂ ਕਿਹੜਾ ਬੱਚਾ ਹੈ ਪਲੱਸ ਟੂ ਤੋਂ ਥੱਲੇ ਜਿਹਨੂੰ ਵਾਕਿਆ ਚ ਵੀਜ਼ਾ ਈਜ਼ੀਲੀ ਗ੍ਰਾਂਟ ਹੁੰਦਾ, ਕਿਹੜੀ ਕਲਾਸ ਦਾ ਬੱਚਾ, ਕੀ 8th 9th 10th 11th 12th, ਇਹ 5 ਸਾਲਾਂ ਦੇ ਵਿੱਚ ਮੈਂ ਪ੍ਰੈਫਰ ਕਰਦੀ ਹਾਂ, ਬਹੁਤ ਛੋਟਾ ਬੱਚਾ ਮੈਂ ਨਹੀਂ ਲੈਂਦੀ। ਕਈ ਵਾਰੀ ਨਾ ਤੁਸੀਂ ਇਹ ਦੇਖੋ ਸ਼ੋ ਦੇਖ ਕੇ ਜਾਂ ਸੋਸ਼ਲ ਮੀਡੀਆ ਤੋਂ ਫਿਰ ਕਾਲ ਆ ਜਾਂਦਾ, ਬੱਚਾ 5th ਵਿੱਚ ਪੜ ਗਿਆ ਹੁੰਦਾ, ਹਜੇ ਬਹੁਤ ਅੱਗੇ ਲਾਈਫ ਹੈ ਬੱਚੇ ਦੀ, ਇੰਨੇ ਫੰਡਸ ਸਟਰੋਂਗ ਨਹੀਂ ਹੁੰਦੇ ਕਿ 5th ਵਾਲੇ ਬੱਚੇ ਨੂੰ ਫਿਰ ਕੁਐਸਚਨ ਮਾਰਕ ਇਹ ਆ ਜਾਂਦਾ ਕਿ ਹਜੇ 5ਵੀਂ ਪੜ ਰਿਹਾ ਹੈ ਨਾ। ਤੁਸੀਂ 8th 9th 10th 11th 12th ਕਿਸੇ ਵੀ ਬੱਚੇ ਦਾ ਕਰ ਲਓ, ਤੁਹਾਨੂੰ ਵੀਜ਼ੇ ਚ ਪ੍ਰੋਬਲਮ ਨਹੀਂ। ਠੀਕ ਹੈ, ਇੱਕ ਹੋਰ ਦਰਸ਼ਕ ਦਾ ਸਵਾਲ, ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ, ਕੀ ਜਾਣਕਾਰੀ ਚਾਹੁੰਦੇ ਹੋ ਤੁਸੀਂ? ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ, ਕੀ ਸਵਾਲ ਹੈ ਤੁਹਾਡਾ ਜੀ? ਠੀਕ ਹੈ, ਓਕੇ, ਠੀਕ ਹੈ, ਫੰਡ ਸ਼ੋ ਕਿਹੜੀ ਕੰਟਰੀ ਭੇਜ ਰਿਹਾ ਜੀ? 8 ਬੈਂਡ ਨੇ ਤੁਹਾਡੀ ਬੇਟੀ ਦੇ, ਰੀਸੈਂਟਲੀ ਪਾਸ ਆਊਟ ਹੈ, ਨੰਬਰ ਕਿੰਨੇ ਦੱਸੇ ਤੁਸੀਂ? 89.6 ਫੰਡ, ਓਕੇ ਮੈਮ, ਥੈਂਕ ਯੂ ਸਾਡੇ ਨਾਲ ਜੁੜਨ ਲਈ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਦੇਖੋ ਇਹ ਬੱਚੇ ਦਾ ਪ੍ਰੋਫਾਈਲ SDS ਕੈਟਾਗਰੀ ਦਾ, ਠੀਕ ਹੈ, ਉਹਨੂੰ ਡਾਇਰੈਕਟ SDS ਕਾਲਜਸ ਦੇ ਵਿੱਚ ਆਫਰ ਲੈਟਰ ਮਿਲ ਸਕਦਾ ਜਾਂ ਯੂਨੀਵਰਸਿਟੀ ਚ ਮਿਲ ਸਕਦਾ, ਇਹ ਨਾਨ SDS ਦਾ ਪ੍ਰੋਫਾਈਲ ਨਹੀਂ ਹੈ, ਤੇ ਤੁਹਾਨੂੰ ਫੰਡ ਸ਼ੋ ਕਰਨ ਦੀ ਕੋਈ ਲੋੜ ਨਹੀਂ, ਕੋਈ ਜ਼ਰੂਰਤ ਨਹੀਂ ਹੈ ਜੀ ਫੰਡ ਸ਼ੋ ਕਰਨ ਦੀ। ਮੈਡਮ ਪ੍ਰੋਫਾਈਲ ਬਾਰੇ ਕੀ ਕਹੋਗੇ, ਪ੍ਰੋਫਾਈਲ ਨੂੰ ਅੱਛੇ ਕੋਰਸਿਸ? ਬਹੁਤ ਅੱਛੇ ਪ੍ਰੋਫਾਈਲ ਹੈ, ਜੇ ਮੇਰੇ ਕੋਲ ਹੋਏ ਤਾਂ ਮੈਂ ਇਹਨੂੰ ਮਤਲਬ 50% ਤੱਕ ਸਕਾਲਰਸ਼ਿਪ ਦਵਾ ਸਕਦੀ ਹਾਂ, ਐਂਡ ਕਿਉਂਕਿ ਹਜੇ ਇਹਨਾਂ ਨੇ ਮਾਈਂਡ ਮੇਕਅਪ ਕੀਤਾ ਨਹੀਂ ਕੀਤਾ ਮੈਨੂੰ ਨਹੀਂ ਪਤਾ, ਡਾਕੂਮੈਂਟਸ ਭੇਜ ਦੋ ਤੁਸੀਂ, ਐਂਡ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਮੈਕਸੀਮਮ ਸਕਾਲਰਸ਼ਿਪ ਦਵਾ। ਠੀਕ ਹੈ, ਮਤਲਬ ਜਿੰਨੀ ਫੀਸ ਹੈ, ਜੇ 10 ਲੱਖ ਫੀਸ ਹੈ ਤਾਂ 5 ਲੱਖ ਦੀ ਸਿੱਧੀ ਸਕਾਲਰਸ਼ਿਪ ਮਿਲਣ ਦੇ ਚਾਂਸਸ ਹੈਗੇ। ਸੋ ਮੈਮ ਨੋਟ ਕਰ ਲਿਓ ਤੁਸੀਂ, ਇੱਕ ਵਾਰੀ ਲੇਟਰ ਜਿਹੜੇ ਆਪਣੇ ਡਾਕੂਮੈਂਟਸ ਹੈ ਵਟਸਐਪ ਦੇ ਉੱਪਰ ਭੇਜ ਦਿਓ, ਆਪਸ਼ਨਸ ਜਿਹੜੀਆਂ ਨੇ ਤੁਹਾਨੂੰ ਮਿਲ ਜਾਣਗੀਆਂ। ਸੋ ਸਕੂਲਿੰਗ ਵੀਜ਼ਾ ਮਤਲਬ 7ਵੀਂ 8ਵੀਂ ਤੋਂ ਲੈ ਕੇ 11ਵੀਂ 7ਵੀਂ ਦਾ ਵੀ ਥੋੜਾ ਘੱਟ ਪ੍ਰੈਫਰ ਕਰਦੀ ਹਾਂ, 8 9 10 plus 1 plus 2। ਠੀਕ ਹੈ, ਉਹਦੇ ਵਿੱਚ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਰਹਿੰਦਾ, ਆਸਟ੍ਰੇਲੀਆ ਦਾ ਸਕੂਲਿੰਗ ਵੀਜ਼ਾ ਤੁਹਾਨੂੰ ਯਾਦ ਹੋਏਗਾ 3-4 ਸਾਲ ਪਹਿਲੇ ਪਬਲਿਕ ਬਿਲਕੁਲ ਪਾਗਲ ਹੋ ਗਈ ਸੀ, ਇੱਥੇ ਹੈ ਭੇਡ ਚਾਲ, ਜਦ ਨਾਲ ਐਡ ਬੜੀ ਦੇਖਣਗੇ ਜਾਂ ਕੁਛ ਜਦ ਚੀਜ਼ ਸ਼ੁਰੂ ਹੁੰਦੀ ਹੈ ਨਾ ਉਸ ਟਾਈਮ ਨੀ, ਇਹ ਟਾਈਮ ਸ਼ੁਰੂ ਹੋ ਰਿਹਾ, ਇਸ ਟਾਈਮ ਤੁਸੀਂ ਵੀਜ਼ਾ ਲੈ ਸਕਦੇ ਹੋ, ਜਦ ਤੁਸੀਂ ਭੀੜ ਚ ਵੜੋਗੇ ਨਾ ਫਿਰ ਤੁਹਾਡੇ ਵੀਜ਼ਾ ਰਿਜੈਕਸ਼ਨ ਚਾਂਸਿਸ। ਬਿਲਕੁਲ ਮੈਮ, ਓਪਨ ਸਪਾਊਸਲ ਵਰਕ ਪਰਮਿਟ ਬਾਰੇ ਵੀ ਜ਼ਰੂਰ ਗਾਈਡ ਕਰੋ, ਰਿਜ਼ਲਟ ਕਹਿੰਦੇ ਵੀ ਨੈਗੇਟਿਵ ਬਹੁਤ ਆ ਰਹੇ ਨੇ, ਹਲੇ ਅਪਲਾਈ ਕਰਨ ਦਾ ਟਾਈਮ ਨਹੀਂ ਹੈ। ਕਿੱਥੇ, ਕੈਨੇਡਾ ਦਾ? ਹਾਂਜੀ, ਕੈਨੇਡਾ ਦੇ ਮੈਂ ਤੁਹਾਨੂੰ 101% ਵੀਜ਼ਾ ਲਿਆ ਕੇ ਦੂੰਗੀ, ਤੁਸੀਂ ਕੋਈ ਵੀ ਸਪਾਊਸ ਦਾ ਹੈ, ਕੋਈ ਵੀ ਸਟੂਡੈਂਟ ਰਿਜੈਕਸ਼ਨ ਦਾ ਵੀਜ਼ਾ ਹੈ ਕਿਸੇ ਵੀ ਕੰਟਰੀ ਦਾ, ਆਸਟ੍ਰੇਲੀਆ ਦਾ ਰਿਜੈਕਸ਼ਨ ਵਾਲੇ ਨੂੰ ਨਹੀਂ ਦਿੰਦੇ, ਮੈਂ ਆਸਟ੍ਰੇਲੀਆ ਦਾ ਰਿਜੈਕਸ਼ਨ ਦਾ ਲੈ ਕੇ ਵੀਜ਼ਾ ਲਿਆ। ਅੱਛਾ, ਤੁਸੀਂ ਕੋਈ ਵੀ ਕੰਟਰੀ ਦਾ ਆ ਸਕਦੇ ਹੋ, ਅੱਜ ਇੰਨਾ ਤਜੁਰਬਾ ਹੋ ਚੁੱਕਿਆ, ਫਾਈਲ ਦੇਖਣ ਦੇ ਸਾਰ ਹੀ ਅਸੀਂ ਦੱਸ ਰਹੇ ਹਾਂ ਕਿ ਇਸ ਬੱਚੇ ਦਾ ਜਿਹੜਾ ਵੀਜ਼ਾ ਹੋ ਸਕਦਾ। ਹੁਣ ਦਿੱਲੀ ਤੋਂ ਬੈਂਗਲੋਰ ਤੋਂ ਬੱਚੇ ਆ ਰਹੇ ਮੇਰੇ ਕੋਲ, ਇੰਨੀ ਦੂਰ ਤੋਂ, ਸ਼ੁਰੂ ਤੋਂ ਆ ਰਹੇ, ਅੱਜ ਤੋਂ ਨਹੀਂ, ਕਿਉਂਕਿ ਉਹਨਾਂ ਨੂੰ ਇੱਕ ਕੌਨਫੀਡੈਂਸ ਹੈ ਕਿ ਸਹੀ ਕੰਪਨੀ ਸਹੀ ਹੱਥਾਂ ਵਿੱਚ ਅਸੀਂ ਜਾ ਰਹੇ ਹਾਂ, ਸਾਡੇ ਨਾਲ ਜਿਹੜਾ ਸਾਡੇ ਪ੍ਰੋਫਾਈਲ ਨਾਲ ਜਸਟਿਸ ਹੋਈ। ਬਿਲਕੁਲ ਜੀ, ਦਰਸ਼ਕ ਦਾ ਸਵਾਲ ਹੋਰ, ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
ਹੈਲੋ ਜੀ, ਅਸੀਂ ਪੁੱਛਣਾ ਚਾਹੁੰਦੇ ਹਾਂ, ਸਾਡੇ ਦੋਵੇਂ ਬੱਚੇ ਕਨੇਡਾ ਗਏ ਹੋਏ ਨੇ। ਓਕੇ। ਬੇਟੀ ਵੀ ਗਈ ਹੋਈ ਹੈ ਤੇ ਬੇਟਾ ਵੀ ਗਿਆ। ਬੇਟਾ ਵਰਕ ਤੇ ਹੈ ਤੇ ਬੇਟੀ ਜਿਹੜੀ ਹੈ ਉਹ ਅਜੇ ਪੜ੍ਹਾਈ ਤੇ ਹੈ। ਸਵਾਲ ਕੀ ਹੈ ਜੀ ਤੁਹਾਡਾ? ਮਿਲਣ ਜਾਣਾ ਹੈ ਬੱਚਿਆਂ ਨੂੰ? मैडम तुसी बोल कितो रहे हो जी? संगरूर जिले तो। ठीक है जी। मैडम तुसी आप कोई काम कार करते हो? कोई गल नहीं, करते नहीं करते उस तो सानू फर्क नहीं पैंदा, क्योंकि मदर है बच्चे दी, इन्हां नू मिलन दा पूरा हक है। टूरिस्ट वीजे ते जा सकदे आ। जेड़ा बच्चा पढ़ रहा, जेड़ा वर्क ते, अजे मैनू ओहदा पूरा डिटेल नहीं पता क्योंकि इन्ना टाइम नहीं है साडे कोल। तुसी फोन कर सकदे हो, साडे जेड़ा स्टाफ मैंबर तुहानू फोन करनगे, उहनां नू डिटेल दस सकदे हो। बाकी तुसी जेड़ा बच्चा पढ़ रहा उस तो पेपर मंगवा के ओ असी दस दांगे केड़े केड़े पेपर मंगवाने आ। ਤੁਸੀਂ ਆਪਦਾ ਟੂਰਿਸਟ ਵੀਜ਼ਾ ਲਗਾ ਸਕਦੇ ਹੋ। ਕੈਨੇਡਾ ਦਾ ਜਿਹੜਾ ਵੀਜ਼ਾ ਹੈ ਉਹ ਤੁਹਾਨੂੰ 10 ਈਅਰਸ ਦਾ ਮਲਟੀਪਲ ਵੀਜ਼ਾ ਹੀ ਮਿਲਦਾ ਹੈ। ਬਿਲਕੁਲ ਜੀ। ਬਾਕੀ 23 ਸਪਤੰਬਰ ਸਾਰੇ ਬਾਕੀ ਸਾਰੀ ਆਡੀਅੰਸ ਨੋਟ ਕਰ ਲਓ ਜੀ, ਤੁਹਾਡੇ ਆਪਣੇ ਸ਼ਹਿਰ ਜਲੰਧਰ ਹੋਟਲ ਕਿੰਗ ਦੇ ਵਿੱਚ ਮੈਡਮ ਤੇ ਉਹਨਾਂ ਦੀ ਟੀਮ ਆ ਰਹੀ ਹੈ, ਤੁਸੀਂ ਮੁਲਾਕਾਤ ਕਰ ਸਕਦੇ ਹੋ, ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਮੈਡਮ ਹਰ ਵਾਰੀ ਜਦੋਂ ਵੀ ਅਸੀਂ ਸ਼ੋਅ ਕਰਦੇ, ਤੁਸੀਂ ਕੋਈ ਨਾ ਕੋਈ ਨਵਾਂ ਪ੍ਰੋਗਰਾਮ, ਨਵੀਂ ਕੰਟਰੀ ਨੂੰ ਜ਼ਰੂਰ ਡਿਸਕਸ ਕਰਦੇ ਹੋ, ਉਹਦੇ ਹੋਣ ਵਾਲੇ ਬੈਨੀਫਿਟ ਨੂੰ ਦੱਸਦੇ ਹੋ। ਅੱਜ ਕੋਈ ਖਾਸ ਪ੍ਰੋਗਰਾਮ? ਇਸ ਟਾਈਮ ਖਾਸ ਤੇ ਮੈਂ ਇਹ ਦੱਸੂੰਗੀ ਕਿ ਆਸਟ੍ਰੇਲੀਆ ਦਾ ਵੀਜ਼ਾ ਹੁਣ ਇੰਨਾ ਕਹਾਣਾ ਹੈ, ਅੱਛੇ ਬੱਚੇ ਜਿਨ੍ਹਾਂ ਦਾ ਜਿਆਦਾ ਗੈਪ ਨਹੀਂ ਹੈ, ਇਮੀਡੀਏਟ ਉਹਨਾਂ ਨੂੰ ਵੀਜ਼ੇ ਮਿਲਣਗੇ। ਹੁਣ ਰੁੱਖ ਜਿਹੜਾ ਆਪਣਾ ਆਸਟ੍ਰੇਲੀਆ ਵੱਲ ਜਿਆਦਾ ਕਰ ਲਓ, ਜਾਂ ਤੁਹਾਡਾ ਕੋਈ ਜਿਆਦਾ ਗੈਪ ਨਹੀਂ ਹੈ, ਪ੍ਰੋਫਾਈਲ ਨੀਟ ਐਂਡ ਕਲੀਨ ਹੈ, ਆਇਲਸ ਦੇ ਬੈਂਡ ਪੂਰੇ ਹੈ, ਪਰਸੈਂਟੇਜ ਠੀਕ ਹੈ, ਪ੍ਰੋਗਰਾਮ ਅਸੀਂ ਇੰਨਾ ਕੁ ਅੱਛਾ ਦਵਾਂਗੇ ਕਿ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ। ਠੀਕ ਹੈ, ਇੱਕ ਹੋਰ ਦਰਸ਼ਕ ਨਾਲ ਲਈ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ, ਜਾਣਕਾਰੀ ਕੀ ਚਾਹੁੰਦੇ ਹੋ ਜੀ? ਮੈਂ ਪੁੱਛਣਾ ਜੀ, ਮੇਰੇ ठीक है जी। फिफ्टी केड़े मुल्क जाना चाहते हो तुसी? बोल कितो रहे हो तुसी? जयपुर तो बोल रहे हो। ठीक है जी, बहुत दूर कॉल की थी तुसी सानू, थैंक यू साडे नाल जुड़न दे लई। 50% नंबर एक साढ़े पांच एक चाहे साढ़े पांच या ओवरऑल साढ़े ओवरऑल मैम 6 ने एक साढ़े पांच ने और ऑस्ट्रेलिया और यूके नु सर्च कर रहे ने, है ना? यूके जा सकते 50% है ना, यूनिवर्सिटी केड़ी ए नहीं पता सानू, ठीक है, बट ए यूके 101% जा सकते, बाकी डाक्यूमेंट्स भेजन दे बाद मैं इन्हां नु सारा। थैंक यू मैम, इन्फॉर्मेशन साझी कर ली। सो जी फिर तो हाजिर होंगे, सवालों दे जवाब देवांगे, तुसी कॉल कर लो, फोटो क्लिक करके रख लो, शो तो बाद कॉल करो, सवालों दे जवाब मिलेंगे। धन्यवाद जी, सत श्री अकाल।